ਮੇਰਾ ਪੁੱਤ ਪੜ੍ਹਾਈ ਕਰਦਾ ਪਿਆ? ਹਾਂਜੀ ਪਾਪਾ। ਬੇਟੇ ਮੈਂ ਤੁਹਾਡੀ ਮੰਮਾ ਨੂੰ ਫੋਨ ਕੀਤਾ ਸੀਗਾ, ਉਹ ਕਹਿੰਦੇ ਸੀਗੇ ਪੜ੍ਹਦਾ ਪਿਆ ਸ਼ਿਵਾਂਗ, ਤੂੰ ਹਲੇ ਵੀ ਪੜ੍ਹੀ ਜਾਂਦਾ, ਕੀ ਹੋਇਆ? ਪਾਪਾ ਕਰ ਲਾ ਮੇਰੇ ਟੈਸਟ, ਇਸ ਲਈ ਮੈਂ ਪੜ੍ਹਾਈ ਕਰ ਰਹਾ। ਸ਼ਿਵਾਂਗ ਪੁੱਤ ਮੈਂ ਤੇਰੇ ਨਾਲ ਗੱਲ ਕਰਨੀ ਸੀ, ਮੈਨੂੰ ਸੱਚ ਸੱਚ ਦੱਸੀ। ਹਾਂਜੀ ਪਾਪਾ ਪੁੱਛੋ। ਪੁੱਤ ਤੈਨੂੰ ਇਹ ਵਾਲੀ ਮੰਮੀ ਜ਼ਿਆਦਾ ਪਿਆਰ ਕਰਦੀ ਹੈ ਕਿ ਪਹਿਲਾਂ ਵਾਲੀ ਮੰਮੀ ਜ਼ਿਆਦਾ ਪਿਆਰ ਕਰਦੀ ਸੀ? ਬਸ ਪੁੱਤ ਤੈਨੂੰ ਪਹਿਲਾਂ ਵਾਲੀ ਮੰਮਾ ਜ਼ਿਆਦਾ ਪਿਆਰ ਕਰਦੀ ਸੀ ਕਿ ਹੁਣ ਵਾਲੀ ਮੰਮਾ ਜ਼ਿਆਦਾ ਪਿਆਰ ਕਰਦੀ ਹੈ? ਪੁੱਤ ਕਿਉਂ ਡਰਿਆ ਹੋਇਆ, ਦੱਸ ਬੋਲ ਖੁੱਲ ਕੇ, ਕਿਉਂਕਿ ਇਹ ਡਿਸੀਜ਼ਨ ਨਾ ਮੈਂ ਤੇਰੇ ਕਰਕੇ ਲਿਆ ਸੀ। ਉਹ ਦੱਸ ਪੁੱਤ ਕਿਉਂ ਘਬਰਾਇਆ ਹੋਇਆ ਇੰਨਾ, ਇੰਨਾ ਸਹਿਮਿਆ ਹੋਇਆ ਕਾਹਦੇ ਨੇ? ਪਾਪਾ ਮੇਰੀ ਆਲੀ ਮੰਮੀ ਸੱਚੀ ਆ ਤੇ ਪਹਿਲਾਂ ਵਾਲੀ ਮੰਮੀ ਝੂਠੀ ਸੀ। ਅੱਛਾ ਕਿਵੇਂ ਪੁੱਤ, ਮੈਂ ਸਮਝਿਆ ਨਹੀਂ। ਤੂੰ ਕੁਛ ਖਾਧਾ ਵੀ ਹੈ? ਨਹੀਂ ਪਾਪਾ। ਪੁੱਤ ਮੈਨੂੰ ਮਾਫ ਕਰ ਦੇ, ਮੈਂ ਇਹ ਡਿਸੀਜ਼ਨ ਨਾ ਸਿਰਫ ਤੇਰੇ ਕਰਕੇ ਲਿਆ ਸੀਗਾ ਕਿ ਤੈਨੂੰ ਮਾਂ ਦਾ ਪਿਆਰ ਮਿਲ ਸਕੇ। ਆਪਣੀ ਮਾਂ ਤੇ ਮਤਰੇਈ ਮਾਂ ਦੇ ਵਿੱਚ ਇਹੀ ਫਰਕ ਹੁੰਦਾ। ਸੋਰੀ ਪੁੱਤ ਮੈਨੂੰ ਮਾਫ ਕਰ ਦੇ।